अच्छा ਸਾਡਾ ਲਾਸਟ ਟੌਪਿਕ ਹੈ ਜਿਹੜਾ ਅਸੀਂ ਕਰਨਾ ਹੈ ਮੈਨੇਜਿੰਗ ਦਾ ਗਾਰਬੇਜ ਵੀ ਪ੍ਰੋਡਿਊਸ ਜਿਹੜਾ ਹਿਊਮਨ ਜਾਂ ਫਿਰ ਜਿਹੜੇ ਵੀ ਲਿਵਿੰਗ ਆਰਗੇਨਿਜ਼ਮਸ ਜਿਹੜਾ ਗਾਰਬੇਜ ਮੇਨਲੀ ਇਹਦੇ ਵਿੱਚ ਹਿਊਮਨਸ ਹੀ ਲਵਾਂਗੇ ਜਿਹੜਾ ਗਾਰਬੇਜ ਪ੍ਰੋਡਿਊਸ ਕਰਦਾ ਉਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਬਹੁਤ ਸਾਰੀਆਂ ਵੇਸਟ ਮਟੀਰੀਅਲਸ ਜਿਹੜਾ ਵਾ ਉਹ ਜਨਰੇਟ ਕਰ ਲੈਂਦੇ ਹਾਂ ਇੱਥੋਂ ਤੱਕ ਕਿ ਜਿਵੇਂ ਮੰਨ ਲਓ ਕਿਸੇ ਨੇ ਕੋਈ ਬਹੁਤ ਹੀ ਜ਼ਿਆਦਾ ਵੱਡੀ ਐਕਟੀਵਿਟੀ ਨਹੀਂ ਕੀਤੀ ਪਰ ਮੰਨ ਲਓ ਉਹਨੇ ਟੌਫੀ ਖਾਧੀ ਹੁਣ ਟੌਫੀ ਦਾ ਰੈਪਰ ਵੀ ਕੀ ਹੈ ਇੱਕ ਵੇਸਟ ਮਟੀਰੀਅਲ ਹੀ ਹੈ ਬੜਾ ਕਿਤੇ ਫੰਕਸ਼ਨ ਹੋ ਰਿਹਾ ਹੈ ਨਾ ਉੱਥੇ ਬਹੁਤ ਸਾਰੇ ਡਿਸਪੋਜ਼ੇਬਲ ਜਿਹੜੇ ਭਾਂਡੇ ਆ ਉਹਦੇ ਵਿੱਚ ਯੂਜ਼ ਕੀਤੇ ਗਏ ਆ ਡਿਸਪੋਜ਼ਲਸ ਯੂਜ਼ ਕੀਤੇ ਗਏ ਆ ਉੱਥੇ ਬਹੁਤ ਸਾਰੇ ਉਹਦਾ ਨਾਲ ਕੀ ਹੋਏਗਾ ਇਨਵਾਇਰਮੈਂਟ ਦੇ ਵਿੱਚ ਫਿਰ ਉਹ ਮਿੱਟੀ ਦੇ ਵਿੱਚ ਮਿਕਸ ਹੋਣਗੇ ਕਿ ਉਹ ਬਾਇਓਡੀਗ੍ਰੇਡੇਬਲ ਹੈ ਕਿ ਨਹੀਂ ਇਹੀ ਹੁਣ ਅਸੀਂ ਇਸ ਟੌਪਿਕ ਦੇ ਅੰਡਰ ਪੜ੍ਹਨਾ ਕਹਿੰਦੇ ਇਹ ਜਾਣਨ ਦੇ ਲਈ ਅਸੀਂ ਇੱਕ ਐਕਟੀਵਿਟੀ ਪਰਫੋਰਮ ਕਰਦੇ ਹਾਂ ਇਹਦੇ ਸੁਣਨ ਕੀ ਕੀਤਾ ਕਲੈਕਟ ਕੀਤਾ ਵੇਸਟ ਘਰਾਂ ਦੇ ਵਿੱਚੋਂ ਇਹਦੇ ਵਿੱਚ ਕਿਚਨ ਵਾਲਾ ਵੀ ਵੇਸਟ ਹੋਏਗਾ ਇਹਦੇ ਵਿੱਚੋਂ ਜਿਹੜਾ ਵਾ ਵੇਸਟ ਪੇਪਰ ਹੋ ਜਾਏਗਾ ਐਮਟੀ ਮੈਡੀਸਿਨ ਬੋਟਲਸ ਮਤਲਬ ਪਲਾਸਟਿਕ ਇੱਕ ਕਿਚਨ ਵਾਲਾ ਤਾਂ ਔਰਗੈਨਿਕ ਵੇਸਟ ਹੋ ਜਾਏਗਾ ਕਿਉਂ ਕਿਉਂਕਿ ਉਹਦੇ ਵਿੱਚ ਵੈਜੀਟੇਬਲਸ ਪੀਲਸ ਆ ਮਤਲਬ ਛਿਲਕੇ ਆ ਚਾਹ ਪੱਤੀ ਹੋਊਗੀ ਮਿਲਕ ਦੇ ਪੈਕਟਸ ਇਹਦੇ ਵਿੱਚ ਹੀ ਆ ਜਾਏਗਾ ਪਲਾਸਟਿਕ ਹੈ ਨਾ ਐਮਟੀ ਕਾਰਟਨਸ ਹੋਣਗੇ ਹੈ ਨਾ ਜਿਹੜੇ ਖਾਲੀ ਉਹਦੇ ਜਿਹੜੇ ਰਹਿ ਜਾਂਦੇ ਆ ਲਫਾਫੇ ਲਫਾਫੇ ਨਹੀਂ ਕਹਿ ਸਕਦੇ ਜਿਵੇਂ ਪੈਕਿੰਗਸ ਵਾਲੇ ਲਫਾਫੇ ਹੁੰਦੇ ਨਾ ਉਹਦੇ ਵਿੱਚ ਗੱਤਾ ਟਾਈਪ ਜਿਹੇ ਥੋੜ੍ਹੇ ਜਿਹੇ ਹੋ ਜਾਂਦੇ ਗੱਤੇ ਵਾਲੇ ਹੈ ਨਾ ਬਬਲ ਪੈਕ ਆ ਜਾਣਗਾ ਆ ਜਾਏਗੀ ਕੱਪੜੇ ਆ ਜਾਣਗੇ ਹੁਣ ਕਹਿੰਦੇ ਇਹਨਾਂ ਨੂੰ ਕੀ ਕਰੋਗੇ ਬਰੀ ਕਰ ਦੋਗੇ ਇਹ ਸਾਰੇ ਨੂੰ ਜਿੱਥੇ ਵੀ ਸਪੇਸ ਅਵੇਲੇਬਲ ਹੈ ਠੀਕ ਹੈ ਮਿੱਟੀ ਦੇ ਵਿੱਚ ਜਦੋਂ ਅਸੀਂ ਇਹਨੂੰ ਬਰੀ ਕੀਤਾ 15 ਸੈਂਟੀਮੀਟਰ ਤੋਂ ਉਹਨਾਂ ਨੇ ਕਿਹਾ ਐਟਲੀਸਟ ਕਰ ਲੈਣਾ ਇਹਦੇ ਵਿੱਚ ਐਂਡ 'ਤੇ ਹੀ ਵੇਖਣਾ ਕੀ ਹੈ ਐਂਡ ਦੇ ਵਿੱਚ ਵੇਖਣਾ ਕਿ ਸਮਾਂ ਪਾ ਕੇ ਕਿਹੜਾ ਮਟੀਰੀਅਲ ਜਿਹੜਾ ਵਾ ਉਹ ਚੇਂਜ ਹੋ ਜਾਂਦਾ ਹੈ ਜਿਵੇਂ ਕਈ ਮਟੀਰੀਅਲਸ ਬਿਲਕੁਲ ਚੇਂਜ ਨਹੀਂ ਹੋਣਗੇ ਜਿਵੇਂ ਪਲਾਸਟਿਕ ਪਲਾਸਟਿਕ ਨੂੰ ਜਿਵੇਂ ਤੁਸੀਂ ਨੱਪੋਗੇ ਬੜੇ ਸਾਲ ਬਾਅਦ ਜਾ ਕੇ ਜਦੋਂ ਤੁਸੀਂ ਵੇਖ ਲਓਗੇ ਨਾ ਉਹ ਤਾਂ ਵੀ ਉਤਰਾਂ ਦਾ ਉਤਰੇ ਰਹਿੰਦਾ ਇਹ ਬਹੁਤ ਜ਼ਿਆਦਾ ਇਨਵਾਇਰਮੈਂਟ ਦੇ ਖਰਾਬ ਕਰਨ ਦੇ ਵਿੱਚ ਪਲਾਸਟਿਕ ਦਾ ਹੱਥ ਹੈਗਾ ਅਤੇ ਹੁਣ ਕੀ ਹੋਏਗਾ ਜਿਹੜਾ ਵੈਜੀਟੇਬਲ ਜਾਂ ਪੀਲਸ ਵਗੈਰਾ ਹੋਣਗੀਆਂ ਨਾ ਇਹਨਾਂ ਦੀ ਤਾਂ ਬਣ ਜਾਏਗੀ ਖਾਦ ਹੈ ਨਾ ਇਹ ਚਾਹ ਪੱਤੀ ਵੀ ਬਹੁਤ ਵਧੀਆ ਹੁੰਦੀ ਹੈ ਨਾ ਖਾਦ ਦੇ ਤੌਰ 'ਤੇ ਵਰਤੀ ਜਾ ਸਕਦੀ ਪਰ ਜਿਹੜਾ ਪਲਾਸਟਿਕ ਹੈ ਇਹ ਸਾਰੀਆਂ ਚੀਜ਼ਾਂ ਕੀ ਹੈ ਇਹ ਨਹੀਂ ਹੋਏਗਾ ਇਹ ਕੀ ਹੋਏਗਾ ਪਲਾਸਟਿਕ ਜਲਦੀ ਸੋਇਲ ਦੇ ਵਿੱਚ ਮਿਕਸ ਨਹੀਂ ਹੋ ਪਾਉਂਦਾ ਮਤਲਬ ਟੁੱਟ ਨਹੀਂ ਪਾਉਂਦਾ ਅਤੇ ਜਿਹੜਾ ਗੱਤਾ ਹੋਏਗਾ ਗੱਤਾ ਵੀ ਜਲਦੀ ਜਲਦੀ ਨਹੀਂ ਮਤਲਬ ਕੁਝ ਸਮਾਂ ਪਾ ਕੇ ਹੋ ਜਾਏਗਾ ਕੱਪੜੇ ਵੀ ਹੋ ਜਾਂਦੇ ਆ ਫਟ ਫੁੱਟ ਜਾਂਦੇ ਆ ਠੀਕ ਆ ਇਹ ਤੁਸੀਂ ਉੱਥੇ ਟਾਈਮ ਲਿਖ ਲੈਣਾ ਹੁਣ ਸਾਡਾ ਆ ਜਾਂਦਾ ਵਾ ਮੇਨ ਟੌਪਿਕ ਲਾਈਫ ਜਦੋਂ ਸਾਨੂੰ ਪਤਾ ਜਦੋਂ ਅਸੀਂ ਖਾਣਾ ਖਾਂਦੇ ਹਾਂ ਅਸੀਂ ਖਾਂਦੇ ਰੋਟੀਆਂ ਪਰ ਉਹਦੀ ਅਸੀਂ ਕੰਪਲੈਕਸ ਫੋਰਮ ਦੇ ਵਿੱਚ ਖਾਣਾ ਖਾਂਦੇ ਹਾਂ ਹੈ ਨਾ ਰੋਟੀ ਉਹਨੂੰ ਸਾਡੇ ਅੰਦਰ ਸਰੀਰ ਦੇ ਅੰਦਰ ਐਨਜ਼ਾਈਮਸ ਪ੍ਰੈਜੈਂਟ ਹੁੰਦੇ ਆ ਜਿਹੜੇ ਕੰਪਲੈਕਸ ਫੂਡ ਨੂੰ ਸਿੰਪਲ ਦੇ ਵਿੱਚ ਕਰ ਦਿੰਦੇ ਆ ਚੇਂਜ ਮਤਲਬ ਜਿਵੇਂ ਪ੍ਰੋਟੀਨਸ ਨੂੰ ਉਹਨਾਂ ਨੇ ਚੇਂਜ ਕਰ ਦੇਣਾ ਅਮਾਈਨੋ ਐਸਿਡਸ ਦੇ ਵਿੱਚ ਹੈ ਨਾ ਅਤੇ ਜਿਹੜੀ ਵੀ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੀ ਸਿੰਪਲਰ ਫੋਰਮ ਦੇ ਵਿੱਚ ਉਹਨਾਂ ਨੇ ਚੇਂਜ ਕਰ ਦੇਣਾ ਕਹਿੰਦੇ ਇਸ ਤਰ੍ਹਾਂ ਹੀ ਇਨਵਾਇਰਮੈਂਟ ਦੇ ਨਾਲ ਹੁੰਦਾ ਇਨਵਾਇਰਮੈਂਟ ਦੇ ਵਿੱਚ ਕੀ ਹੁੰਦਾ ਜਿਹੜੀ ਵੀ ਚੀਜ਼ਾਂ ਹੁੰਦੀਆਂ ਨਾ ਸਪੈਸ਼ਲ ਬੈਕਟੀਰੀਆ ਹੁੰਦੇ ਆ ਜਿਹੜੀ ਉਹ ਚੀਜ਼ਾਂ ਨੂੰ ਚੇਂਜ ਕਰ ਦਿੰਦੇ ਹੁਣ ਵੈਜੀਟੇਬਲਸ ਜਿਹੜੇ ਆ ਉਹਨਾਂ ਨੇ ਜਿਹੜੇ ਛਿਲਕੇ ਆ ਉਹ ਚੇਂਜ ਕਿਸ ਤਰ੍ਹਾਂ ਹੋ ਗਏ ਪਲਾਸਟਿਕ ਕਿਉਂ ਨਹੀਂ ਹੋਇਆ ਹੁਣ ਜਿਹੜੇ ਐਨਜ਼ਾਈਮ ਨੇ ਸਾਡੇ ਸਰੀਰ ਦੇ ਵਿੱਚ ਪ੍ਰੋਟੀਨ ਉੱਤੇ ਐਕਟ ਕਰਨਾ ਹੀ ਉਹ ਕਾਰਬੋਹਾਈਡਰੇਟ ਉੱਤੇ ਤਾਂ ਐਕਟ ਨਹੀਂ ਕਰ ਸਕਦਾ ਹੈ ਨਾ ਇਸੇ ਤਰ੍ਹਾਂ ਹੀ ਸਾਡੇ ਇਨਵਾਇਰਮੈਂਟ ਦੇ ਵਿੱਚ ਇੱਕ ਸਪੈਸ਼ਲ ਬੈਕਟੀਰੀਆ ਹੁੰਦੇ ਆ ਜਾਂ ਫਿਰ ਸਪੈਸ਼ਲ ਹੋਰ ਕਈ ਮਾਈਕਰੋ ਆਰਗੈਨਿਜ਼ਮਸ ਹੁੰਦੇ ਆ ਉਹਨਾਂ ਨੇ ਉਹਦੀਆਂ ਚੀਜ਼ਾਂ 'ਤੇ ਹੀ ਐਕਟ ਕਰਨਾ ਹੁੰਦਾ ਹੈ ਜਿਨ੍ਹਾਂ ਉੱਤੇ ਉਹ ਕਰ ਸਕਦੇ ਆ ਇਸੇ ਕਰਕੇ ਉਹਨਾਂ ਨੇ ਵੈਜੀਟੇਬਲ ਪੀਲਸ ਉੱਤੇ ਐਕਟ ਕੀਤਾ ਅਤੇ ਉਹਦੀ ਕੀ ਬਣਾਤੀ ਖਾਦ ਪਰ ਪਲਾਸਟਿਕ ਉੱਤੇ ਐਕਟ ਕਰ ਹੀ ਨਹੀਂ ਸਕਦੇ ਉਹ ਅਤੇ ਇਸ ਤਰ੍ਹਾਂ ਪਲਾਸਟਿਕ ਦਾ ਪਲਾਸਟਿਕ ਹੀ ਰਿਹਾ ਹੈ ਨਾ ਅਤੇ ਇਸੇ ਕਰਕੇ ਕੀ ਹੋ ਜਾਂਦਾ ਵਾ ਬਿਕੋਜ਼ ਆਫ ਦਿਸ ਮੈਨੀ ਹਿਊਮਨ ਮੇਡ ਮਟੀਰੀਅਲਸ ਲਾਈਕ ਪਲਾਸਟਿਕ ਵਿਲ ਨੋਟ ਬੀ ਬ੍ਰੋਕਨ ਡਾਊਨ ਬਾਈ ਦਾ ਐਕਸ਼ਨ ਆਫ ਬੈਕਟੀਰੀਆ ਔਰ ਅਦਰ ਸੈਪਰੋਫਾਈਟਸ ਉਹ ਕਹਿੰਦੇ ਉਹ ਟੁੱਟੂਗਾ ਹੀ ਨਹੀਂ ਅਤੇ ਇਹ ਮਟੀਰੀਅਲਸ ਨੂੰ ਕੀ ਕਰਨਾ ਪੈਂਦਾ ਕਹਿੰਦੇ ਇਹਨੂੰ ਹੀਟ ਕਰਨੀ ਪੈਂਦੀ ਇਹਨੂੰ ਪਿਘਲਾਉਣਾ ਪੈਂਦਾ ਇਹਨੂੰ ਰੀਸਾਈਕਲ ਕਰਨਾ ਪੈਂਦਾ ਵਾ ਇਹਨਾਂ ਦੀ ਇਹੋ ਜਿਹੀ ਹੀ ਪ੍ਰੋਪਰਟੀ ਦੀ ਵਜ੍ਹਾ ਤੋਂ ਇਹ ਬੜੀ ਦੇਰ ਤੱਕ ਪਰਸਿਸਟ ਕਰ ਲੈਂਦੇ ਆ ਬੜੇ ਲੰਬੇ ਸਮੇਂ ਦੇ ਤੱਕ ਆਪਣੇ ਆਪ ਨੂੰ ਉੱਥੇ ਹੀ ਰੱਖਦੇ ਆ ਜਿਵੇਂ ਅਸੀਂ ਗਮਲੇ ਦੇ ਵਿੱਚ ਪਲਾਸਟਿਕ ਪਾਇਆ ਅਤੇ ਬੜੇ ਸਾਲ ਬਾਅਦ ਦੇਖਾਂਗੇ ਤਾਂ ਉੱਥੇ ਹੀ ਰਹੂਗਾ ਕਹਿੰਦੇ ਪਰ ਜਿਹੜੇ ਸਬਸਟਾਂਸਿਸ ਦੈਟ ਆਰ ਬ੍ਰੋਕਨ ਡਾਊਨ ਬਾਏ ਬਾਇਓਲੋਜੀਕਲ ਪ੍ਰੋਸੈਸਿਸ ਆਰ ਸੈਟ ਟੂ ਬੀ ਬਾਇਓਡੀਗ੍ਰੇਡੇਬਲ ਹੁਣ ਜਿਹੜੇ ਸਬਸਟਾਂਸ ਜਿਹੜੇ ਆ ਉਹ ਬ੍ਰੋਕਨ ਡਾਊਨ ਹੋ ਗਏ ਕਿਹਦੇ ਦੁਆਰਾ ਬਾਇਓਲੋਜੀਕਲ ਪ੍ਰੋਸੈਸ ਦੇ ਦੁਆਰਾ ਮਤਲਬ ਮਾਈਕਰੋ ਆਰਗੈਨਿਜ਼ਮਸ ਨੇ ਐਕਟ ਕੀਤਾ ਉਹਨਾਂ ਉੱਤੇ ਹੈ ਨਾ ਹੁਣ ਜਿਹੜੇ ਸਬਸਟਾਂਸ 'ਤੇ ਚੇਂਜ ਹੋ ਗਏ ਉਹਨਾਂ ਨੂੰ ਹੀ ਕੀ ਕਿਹਾ ਉਹ ਕੀ ਗਿਆ ਬਾਇਓਡੀਗ੍ਰੇਡੇਬਲ ਜਿਸ ਤਰ੍ਹਾਂ ਵੈਜੀਟੇਬਲ ਪੀਲ ਹੈ ਨਾ ਪਰ ਹਾਓ ਮੈਨੀ ਆਫ ਦ ਸਬਸਟਾਂਸਿਸ ਯੂ ਬਰਨਡ ਵਰ ਬਾਇਓਡੀਗ੍ਰੇਡੇਬਲ ਜਿਹੜੀ ਐਕਟੀਵਿਟੀ ਕੀਤੀ ਕਹਿੰਦੇ ਉਹਦੇ ਵਿੱਚ ਕਿੰਨੇ ਕੁ ਹੈਗੇ ਆ ਜਿਹੜੇ ਹੈਗੇ ਆ ਬਾਇਓਡੀਗ੍ਰੇਡੇਬਲ
ਜਿਹੜੇ ਸਬਸਟਾਂਸ ਨਹੀਂ ਟੁੱਟਣਗੇ, ਜਿਵੇਂ ਪਲਾਸਟਿਕ ਹੋ ਗਿਆ ਹੈ ਨਾ, ਨਹੀਂ ਟੁੱਟਣਗੇ, ਉਹ ਕੀ ਹੈਗੇ ਆ? ਨੋਨ ਬਾਇਓਡੀਗ੍ਰੇਡੇਬਲ। ਹੁਣ ਇਹ ਕੀ ਹੈ? ਦੀ ਸਬਸਟਾਂਸਿਸ ਮੇ ਬੀ ਇਨਰਟ ਐਂਡ ਸਿੰਪਲੀ ਪਰਸਿਸਟ ਇਨ ਦ ਇਨਵਾਇਰਨਮੈਂਟ ਫੋਰ ਅ ਲੋਂਗ ਟਾਈਮ ਔਰ ਮੇ ਹਾਰਮ ਦ ਵੇਰੀਅਸ ਮੈਂਬਰਸ ਆਫ ਈਕੋਸਿਸਟਮ। ਕਹਿੰਦੇ ਇਹ ਰਹਿੰਦੇ ਦੇ ਰਹਿੰਦੇ ਆ, ਬਾਕੀ ਜਿਹੜੇ ਵੇਰੀਅਸ ਮੈਂਬਰਸ ਹੈਗੇ ਨਾ ਸਾਡੇ ਈਕੋਸਿਸਟਮ ਦੇ, ਉਹਨਾਂ ਨੂੰ ਬੜੀ ਤਕਲੀਫ ਜੀ ਪਹੁੰਚਾਉਂਦੇ ਆ। ਜਿਸ ਤਰ੍ਹਾਂ ਜੇਕਰ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਪਲਾਸਟਿਕ ਇਕੱਠਾ ਹੋ ਜਾਵੇ ਨਾ, ਤਾਂ ਇਹ ਐਕਵੈਟਿਕ ਲਾਈਫ ਦੇ ਲਈ ਇੱਕ ਖਤਰਾ ਹੁੰਦੇ ਆ। ਇਹ ਉਹਨਾਂ ਨੂੰ ਮਤਲਬ ਉਹਨਾਂ ਦੀ ਮੌਤ ਦਾ ਕਾਰਨ ਵੀ ਹੋ ਸਕਦੇ, ਕਿਉਂ ਕਿਉਂਕਿ ਉਹ ਜਿਹੜੇ ਫਿਸ਼ ਆ ਨਾ, ਅੱਜ ਕੱਲ੍ਹ ਅਸੀਂ ਬੜਾ ਵੇਖਿਆ ਕਿ ਉਹ ਖਾਣਾ ਸਮਝ ਕੇ ਇਹਨਾਂ ਨੂੰ ਖਾ ਜਾਂਦੀਆਂ, ਅਤੇ ਫਿਰ ਉਹ ਇਹਨਾਂ ਦੇ ਬਲੱਡ ਵੈਸਲਸ ਦੇ ਵਿੱਚ ਫਸ ਜਾਂਦੇ ਆ, ਕਿਉਂਕਿ ਛੋਟੇ 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 ਟੁਕੜੇ ਵੀ ਹੁੰਦੇ ਆ, ਜ਼ਰੂਰੀ ਨਹੀਂ ਵੱਡਾ ਹੀ ਪਲਾਸਟਿਕ ਜਾਏਗਾ, ਛੋਟੇ ਛੋਟੇ ਟੁਕੜੇ ਵੀ ਹੁੰਦੇ ਆ ਜਿਹੜਾ ਕਿ ਉਹ ਖਾ ਜਾਂਦੇ, ਇਹਨਾਂ ਨੂੰ ਖਾਣਾ ਸਮਝ ਕੇ ਫਿਰ ਉਹ ਮਰ ਜਾਂਦੇ ਆ। ਇਸ ਤਰ੍ਹਾਂ ਕਿੰਨੀਆਂ ਹੀ ਮੱਛੀਆਂ ਹੈ ਜਿਹੜੀ ਕਿ ਮਰ ਗਈ, ਅਲੱਗ ਅਲੱਗ ਸਪੀਸੀ ਜਿਹੜੀ ਕਹਿੰਦੇ ਆ, ਬੜੀ ਸਾਰੀ ਸਪੀਸੀ ਕਹਿੰਦੇ ਹੁਣ ਐਗਜ਼ਿਸਟ ਹੀ ਨਹੀਂ ਕਰਦੀ ਵੀ, ਕਿਉਂ ਕਿਉਂਕਿ ਇਨਵਾਇਰਮੈਂਟ ਖਰਾਬ ਹੁੰਦਾ ਪਿਆ। ਹੁਣ ਇਨਵਾਇਰਮੈਂਟ ਆਪੇ ਖਰਾਬ ਨਹੀਂ ਹੋ ਰਿਹਾ, ਉਹ ਇਨਸਾਨਾਂ ਦੁਆਰਾ ਬਣਾਈ ਗਈ ਆ ਇਹੋ ਜਿਹੀਆਂ ਚੀਜ਼ਾਂ ਜਿਹੜੀ ਇਨਵਾਇਰਮੈਂਟ ਦੇ ਵਿੱਚ ਬਾਅਦ 'ਚੋਂ ਬਾਇਓਡਿਗ੍ਰੇਡੇਬਲ ਹੀ ਨਹੀਂ ਹੋ ਪਾਉਂਦੀਆਂ। ਬਾਇਓਗ੍ਰੇਡੇਬਲ ਜੇਕਰ ਉਹ ਬਾਇਓਡਿਗ੍ਰੇਡੇਬਲ ਹੋਣ ਫਿਰ ਤਾਂ ਕੋਈ ਨੁਕਸਾਨ ਨਹੀਂ ਹੈਗਾ, ਪਰ ਉਹ ਨੋਨ ਬਾਇਓਡਿਗ੍ਰੇਡੇਬਲ ਹੈ, ਇਸ ਕਰਕੇ ਇਹ ਇਨਵਾਇਰਮੈਂਟ ਲਈ ਇੱਕ ਖਤਰਾ ਹੈ। ਸਾਨੂੰ ਕਹਿੰਦੇ ਆ, ਹੁਣ ਚੈਪਟਰ ਖਤਮ ਹੋ ਰਿਹਾ, ਕਹਿੰਦੇ ਇੰਪਰੂਵਮੈਂਟਸ ਕਰੋ ਆਪਣੇ ਲਾਈਫ ਸਾਈਕਲ ਦੇ ਵਿੱਚ। ਇੰਪਰੂਵਮੈਂਟਸ ਇਨ ਅਵਰ ਲਾਈਫ ਸਟਾਈਲ ਹੈਵ ਰਿਜ਼ਲਟਡ ਇਨ ਗ੍ਰੇਟਰ ਅਮਾਊਂਟ ਆਫ ਵੇਸਟ ਮਟੀਰੀਅਲ ਜਨਰੇਸ਼ਨ। ਨਹੀਂ, ਕਹਿੰਦੇ ਸਾਡੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਆ ਗਈ ਹੈ, ਜਿਹਦੇ ਨਾਲ ਹੋਰ ਜ਼ਿਆਦਾ ਵੇਸਟ ਮਟੀਰੀਅਲ ਜਿਹੜਾ ਜਨਰੇਟ ਹੋ ਰਿਹਾ। ਜਿਵੇਂ ਪਹਿਲਾਂ ਹੀ ਉਹ ਜਿਹੜੇ ਪੱਤੇ ਮਿਲਦੇ ਸੀ ਹੈ ਨਾ, ਉਹਨਾਂ ਦੇ ਵਿੱਚ ਵੀ ਅਸੀਂ ਖਾਣਾ ਖਾ ਲੈਂਦੇ ਸੀ, ਪਰ ਹੁਣ ਕੀ ਹੁੰਦਾ, ਡਿਸਪੋਜ਼ੇਬਲਸ ਆ ਗਏ, ਉਹਦੇ ਵਿੱਚ ਖਾਣਾ ਖਾਂਦੇ ਆ ਹੈ ਨਾ, ਉਹਨੂੰ ਜਾਂ ਤਾਂ ਲਾਉਣੀ ਪੈਂਦੀ ਆ ਅੱਗ, ਜਾਂ ਜਿਹਨੂੰ ਉਹ ਨੱਪ ਦਿੰਦੇ ਆ, ਉਹ ਇਨਵਾਇਰਮੈਂਟ ਦੇ ਲਈ ਕਿੰਨਾ ਜ਼ਿਆਦਾ ਖਤਰਾ ਹੈ, ਜਦੋਂ ਇਹਨਾਂ ਨੂੰ ਅੱਗ ਲਾਉਣੀ, ਕਿੰਨੀਆਂ ਹਾਰਮਫੁਲ ਗੈਸਿਸ ਜਿਹੜੀਆਂ ਉੱਥੋਂ ਪ੍ਰੋਡਿਊਸ ਹੁੰਦੀਆਂ, ਅਤੇ ਜੇ ਇਹਨਾਂ ਨੂੰ ਨਾ ਪਤਾ ਤਾਂ ਉਹ ਤਾਂ ਨੋਨ ਬਾਇਓਡਿਗ੍ਰੇਡੇਬਲ ਹੈ, ਕਿੱਡਾ ਵੱਡਾ ਨੁਕਸਾਨ ਹੈ। ਕਹਿੰਦੇ ਚੇਂਜਸ ਇਨ ਐਟੀਟਿਊਡ ਆਲਸੋ ਹੈਵ ਟੂ ਹੈਵ ਅ ਰੋਲ ਟੂ ਪਲੇ ਵਿਦ ਮੋਰ ਐਂਡ ਮੋਰ ਥਿੰਗਸ ਵੋ ਯੂਜ਼ ਬਿਕਮਿੰਗ ਡਿਸਪੋਜ਼ੇਬਲ। ਉਹੀ ਗੱਲ ਆ ਗਈ, ਇਹ ਯੂਜ਼ ਕਰਦੇ ਸੀ ਉਹ ਪੱਤਲ ਜਿਹੜੇ ਹੁੰਦੇ ਸੀ ਨਾ, ਉਹ ਹੁਣ ਯੂਜ਼ ਹੀ ਨਹੀਂ ਹੁੰਦੇ, ਜਦਕਿ ਉਹ ਇਨਵਾਇਰਮੈਂਟ ਫਰੈਂਡਲੀ, ਉਹ ਈਕੋ ਫਰੈਂਡਲੀ ਹੈਗੇ ਸੀ। ਚੇਂਜਸ ਇਨ ਪੈਕੇਜਿੰਗ, ਪੈਕੇਜਿੰਗ ਵੀ ਚੇਂਜ ਹੋਣ ਲੱਗ ਪਈ ਹੈ। ਹੁਣ ਜਿਹੜਾ ਪੈਕੇਜਿੰਗ ਹੈ, ਇਹ ਚੇਂਜ ਜਿਹੜਾ ਆਇਆ ਪੈਕੇਜਿੰਗ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਪਿਆ ਇਨਵਾਇਰਮੈਂਟ ਨੂੰ ਖਰਾਬ ਕਰਨ ਦੇ ਵਿੱਚ, ਕਿਉਂ ਕਿਉਂਕਿ ਜ਼ਿਆਦਾਤਰ ਪਲਾਸਟਿਕ ਬੈਗਸ ਆ ਚੁੱਕੇ ਆ ਹੈ ਨਾ, ਜਿੱਥੇ ਪਹਿਲਾਂ ਅਸੀਂ ਕੇਲੇ ਦੇ ਜਿਹੜੇ ਵੱਡੇ ਵੱਡੇ ਪੱਤੇ ਹੁੰਦੇ ਸੀ ਨਾ ਕੇਲੇ ਦੇ ਬੂਟੇ ਦੇ, ਉਹਦੇ ਨਾਲ ਵੀ ਪੈਕੇਜਿੰਗ ਹੋ ਜਾਂਦੀ ਸੀ ਬੜੀ ਸਾਰੀ ਚੀਜ਼ਾਂ ਦੀ, ਪਰ ਹੁਣ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਪਏ। ਪਹਿਲਾਂ ਅਸੀਂ ਬੈਂਬੂ ਸਟਿਕਸ ਦੇ ਵਿੱਚ ਵੀ ਬੜੀ ਸਾਰੀ ਬੈਂਬੂ ਦੇ ਵਿੱਚ ਵੀ ਬੜੀ ਸਾਰੀ ਚੀਜ਼ਾਂ ਪਾ ਲੈਂਦੇ ਹੁੰਦੇ ਸੀ, ਪਰ ਹੁਣ ਅਸੀਂ ਉਹ ਵੀ ਯੂਜ਼ ਨਹੀਂ ਕਰਦੇ ਪਏ। ਇਹਦੇ ਨਾਲ ਹੀ ਬਹੁਤ ਸਾਰੇ ਚੇਂਜਿਸ ਆ ਰਹੇ ਆ ਲਾਈਫ ਸਟਾਈਲ ਦੇ ਨਾਲ, ਪਰ ਉਹ ਲਾਈਫ ਸਟਾਈਲ ਦਾ ਚੇਂਜ ਸਾਨੂੰ ਨਹੀਂ ਅਪਣਾਉਣਾ ਚਾਹੀਦਾ ਛੇਤੀ ਕਿਤੇ, ਜਿਹੜਾ ਇਨਵਾਇਰਮੈਂਟ ਨੂੰ ਨੁਕਸਾਨ ਪਹੁੰਚਾ ਰਿਹਾ ਹੋਵੇ। ਠੀਕ ਹੈ, ਇਸ ਕਰਕੇ ਵਟ ਡੂ ਯੂ ਥਿੰਕ ਵਿਲ ਬੀ ਦ ਇੰਪੈਕਟ ਆਫ ਦੀਸ ਔਨ ਆਵਰ ਇਨਵਾਇਰਮੈਂਟ? ਇਨਵਾਇਰਮੈਂਟ ਦਾ ਕਹਿੰਦੇ ਇਹਨਾਂ ਦੇ ਅਸਰ, ਇਨਵਾਇਰਮੈਂਟ 'ਤੇ ਇਹਨਾਂ ਦਾ ਅਸਰ ਕੀ ਹੋਏਗਾ? ਅਸਰ ਤੁਸੀਂ ਵੇਖੋ, ਲੋਕਡਾਊਨ ਦੇ ਵਿੱਚ ਆਪਣਾ ਆਲੇ ਦੁਆਲੇ ਕਿੰਨਾ ਸਾਫ਼ ਸੁਥਰਾ ਹੋ ਗਿਆ ਹੈ ਨਾ, ਆਸੇ ਪਾਸੇ ਖਲਾਰਾ ਵੀ ਘੱਟ ਪੈਂਦਾ, ਸੜਕਾਂ ਵੀ ਸਾਫ਼ ਆ। ਕਿਉਂ? ਕਿਉਂਕਿ ਹਿਊਮਨ ਸਾਰੇ ਅੰਦਰ ਹੈ ਨਾ, ਇਸ ਲਈ ਅਤੇ ਸਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਇੱਕ ਦੁਬਾਰਾ ਇੱਕ ਪੋਜ਼ੀਟਿਵ ਚੇਂਜ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ, ਅਤੇ ਇਹਦੇ ਨਾਲ ਤੁਹਾਡਾ ਚੈਪਟਰ ਜਿਹੜਾ ਉਹ ਖਤਮ ਹੋ ਗਿਆ।